ਇੰਸਟੀਚਿਊਟ ਆਫ ਸਕਿੱਲ ਡਿਵੈਲਪਮੈਂਟ ਵੱਲੋਂ ਅਮ੍ਰਿਤਸਰ ਵਿਖੇ ਆਯੋਜਿਤ ਇੱਕ ਸਮਾਗਮ ਦੌਰਾਨ ਆਈਪੀਐਸ ਅਫਸਰ ਸੁਦਾ ਵਿਛ ਨੇ ਤਕਰੀਬਨ 100 ਕੁੜੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਪਾਰਸ ਰਕਰ ਦੇ ਸੀਐਸਆਰ ਪ੍ਰੋਜੈਕਟ ਆਤਮਨਿਰਭਰ ਟੇਲਰ ਪ੍ਰੋਗਰਾਮ ਤਹਿਤ ਇਹ ਇੰਸਟੀਚਿਊਟ ਰਾਧਿਕਾ ਚੁੱਗ ਵੱਲੋਂ ਚਲਾਇਆ ਜਾ ਰਿਹਾ ਹੈ ਉਨਾ ਦੱਸਿਆ ਕਿ ਕੁੜੀਆਂ ਨੂੰ 3 ਮਹੀਨੇ ਦੀ ਸਿਖਲਾਈ ਦਿਨ ਮਕਰੋਂ ਸਿਲਾਈ ਮਸ਼ੀਨਾ ਅਤੇ ਹੋਰ ਜ਼ਰੂਰੀ ਵਸਤਾਂ ਦੇ ਕੇ ਕੰਮ ਸ਼ੁਰੂ ਕਰਨ ਵਿੱਚ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ਰਾਧਿਕਾ ਚੁੱਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਕਾਰਕ ਰੁਜ਼ਗਾਰ ਪਹੁੰਚਾਉਣ ਦੇ ਮੰਤਵ ਨਾਲ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਸਿਰਫ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੀ ਤਕਰੀਬਨ 1000 ਮੁੰਡਿਆਂ ਤੇ ਕੁੜੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ ਦੇਖੋ ਜੀ ਇਹਨਾਂ ਦਾ ਜਿਹੜੇ ਸਾਡੇ ਅੱਛ ਵਿੱਚ ਚਾਇ ਇਸ ਅਫੀਸਰ ਸੁਦਾ ਬੀਜੀ ਆਏ ਨੇ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿਉਂਕਿ ਮੋਸਟਲੀ ਤਕਰੀਬਨ ਸਾਡ ਨੂੰ ਲੜਕੀਆਂ ਹੀ ਅਪਰੋਚ ਕਰਦੀਆਂ ਤੇ ਇੱਕ ਲੜਕੀ ਨੂੰ ਜਿਸ ਤਰ੍ਹਾਂ ਨਿਕਲ ਕੇ ਅੱਜ ਆਪਣਾ ਕੈਰੀਅਰ ਇਹਨਾਂ ਨੇ ਬਣਾਇਆ ਤੇ ਇਸ ਇੰਨਾ ਕੀਮਤੀ ਸਮੇਂ ਇਹ ਸਾਡੇ ਵਿੱਚ ਆਏ ਹਨ ਤੇ ਇੱਕ-ਇੱਕ ਬੱਚੇ ਨੂੰ ਸਲਾਈ ਮਸ਼ੀਨ ਵੀ ਦੇਣਗੇ ਤੇ ਉਹਨਾਂ ਕੋਲੋਂ ਬਹੁਤ ਲੜਕੀਆਂ ਹੋ ਸਕਦਾ ਹੈ 50% ਬੱਚੇ ਸਾਡੇ ਮੋਟੀਵੇਟ ਹੋਣ